वाहेगुरु जी का खालसा श्री वाहेगुरु जी की फतेह। असी इस वक्त दिल्ली की सरहद ते सिंघू बार्डर विखे मौजूद हाँ, जिथे कि एक नवेकली प्रयास जरा है सिंघा वालों की गई है, जिथे कि सिख अजायब घर स्थापित करता गया है। दरअसल देश ते दुनिया दे विच सिखां दी कुरबानी जेरी है एक लसानी शहादत के तौर पर जानी जाती है, लेकिन इस लसानी शहादत का रोल की है, किवें साडे छोटे साहबजादे ते वड्डे साहबजादियां ने अपनी शहादत दे के एक दुनिया के मिसाल कायम की, कि साडे जिहड़े इतिहास दे विच शहादतां ने उन्हां नूं दर्शांदा इस सिख म्यूजियम है। तां असीं तुहानूं तस्वीरां सांझियां कर रहे हां, बहुत सारे इहदे विच तस्वीरां ने जिहड़े कुछ स्टैचू बनाए गए ने उहनां दा विवरण की है, असीं एक एक चीज़ जिहड़ी है तुहानूं दस्सांगे। लेकिन सब तो पहले आखांगे कि बहुत नवेकला प्रयास है, क्योंकि सिख कौम की शहादत जिहड़ी है देश अते दुनिया दे विच जानी जाती है, जिथे बाबा दीप सिंह जी अनोखे अमर शहीद, भाई दयाला जी अते होर भी जिहड़े वड्डे नाम ने उह वेखण नूं मिलदे ने। लेकिन हुण एक नवेकली पहल सिंघू बार्डर किसानां दे विच कीती है, तां साडे नाल नौजवान आगू मौजूद ने जिन्हां नाल असीं गलबात करांगे। वाहिगुरु जी का खालसा वाहिगुरू जी की फतेह। असीं चाहवांगे जी तुसीं सानूं दसो कि आखिरकार इह की है, भाई दयाला जी तों लै के जिहड़ा सारा कौम का इतिहास है तुसीं जिहड़ा इत्थे दर्शा रहे हो, उहदे बारे की कहना चाहोगे? खालसा फतेह जी। भाई दयाला सिंह जी ने, भाई दयाला जी ने, ठीक है जी, पता ही है सारा वैसे। असीं चाहवांगे कि क्योंकि देखो कई संगत, क्योंकि असीं दिल्ली की इस वक्त धरती के उत्ते हाँ, कि कई संगत इहदे बारे नहीं जानती, क्योंकि कुछ एक सिख कौम तो अलावा होर भी कौमां दे लोग ने, वह भी जान सकन कि आखिरकार नाले ये बनाउण दा मकसद की है ते की ए दर्शाओ की रहा है। भाजी ये दर्शा रहे जिदा पंजाब दे विच शहीदियां दा हाड़ा आया है ना, उहदे हिसाब नाल जिदा हुण के बंदे मोटीवेट हुंदे आ ना कि सानूं डरना नहीं चाहिए, अगे जाना चाहिए। ये भाई दयाला जी ने जी ਜਦੋਂ ਤਿੰਨ ਸਿੰਘ ਸ਼ਹੀਦ ਕੀਤੇ ਗਏ ਸੀਗੇ ਜੀ, ਮਤੀਦਾਸ ਜੀ, ਸਤੀਦਾਸ ਜੀ ਅਤੇ ਭਾਈ ਦਿਆਲਾ ਜੀ, ਇਹ ਭਾਈ ਦਿਆਲਾ ਜੀ ਨੇ ਉੱਧਰ ਮਤੀਦਾਸ ਜੀ ਨੇ, ਠੀਕ ਹੈ ਜੀ, ਇਹਨਾਂ ਨੂੰ ਉੱਪਰ ਦੀ ਦੇਗ ਵਿੱਚ ਸ਼ਹੀਦ ਕੀਤਾ ਗਿਆ ਸੀਗਾ, ਇਹਨਾਂ ਨੂੰ ਟੋਰਚਰ ਕੀਤਾ ਗਿਆ ਸੀਗਾ ਕਿ ਧਰਮ ਚੇਂਜ ਕਰ ਲਓ, ਬਟ ਇਹ ਨਹੀਂ ਮੰਨੇ ਸੀਗੇ, ਸ਼ਹਾਦਤ ਮਨਜ਼ੂਰ ਸੀਗੀ ਪਰ ਧਰਮ ਚੇਂਜ ਕਰਨਾ ਮਨਜ਼ੂਰ ਨਹੀਂ ਸੀਗਾ ਉਹਦੇ ਲਈ। ਉਸ ਤੋਂ ਬਾਅਦ ਅਸੀਂ ਦੇਖਦੇ ਪਏ ਹਾਂ ਜੀ ਸ਼ਹਾਦਤ ਦੀ ਵੱਡੀ ਮਿਸਾਲ ਆ, ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੜੇ ਨੇ ਇਹਨਾਂ ਦੇ ਦੇਖਿਆ ਜਿਸ ਤਰ੍ਹਾਂ ਸਿਰ ਤਲੀ 'ਤੇ ਧਰ ਕੇ ਜਿਹੜਾ ਹੈ ਇੱਕ ਹਰਿਮੰਦਰ ਸਾਹਿਬ ਨੂੰ ਜਿਹੜਾ ਹੈ ਉਹ ਕਬਜ਼ਾ ਨਹੀਂ ਹੋਣ ਦਿੱਤਾ। ਹਾਂਜੀ, 18 ਸੇਰ ਦਾ ਜਿਹੜਾ ਇਹਨਾਂ ਦਾ ਖੰਡਾ ਸੀਗਾ ਜੀ, ਠੀਕ ਹੈ, ਸਿਰ ਤਲੀ 'ਤੇ ਧਰ ਕੇ ਆਪਣਾ ਅੰਮ੍ਰਿਤਸਰ ਪਹੁੰਚੇ ਸੀਗੇ, ਠੀਕ ਹੈ ਜੀ, ਮਹਾਨ ਸ਼ਹੀਦ ਹੋਏ ਆਪਣੀ ਕੌਮ ਦੇ। ਇਹ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਦੁਨੀਆ ਦੇ ਵਿੱਚ ਕਈ ਬੰਦੇ ਇਸ ਕੱਲ੍ਹ ਐਸੇ ਮਿਲੇ ਸੀਗੇ, ਕਈਆਂ ਨੂੰ ਕੁਛ ਵੀ ਨਹੀਂ ਪਤਾ ਸੀਗਾ, ਲੇਡੀਜ਼ ਵੀ ਆਏ, ਹਰਿਆਣੇ ਦੇ ਵੀ ਕੁਝ ਬੰਦੇ ਸੀਗੇ ਅਤੇ ਬਾਹਰੋਂ ਵੀ ਫੋਰਨ ਤੋਂ ਵੀ ਇੱਥੇ ਬੰਦੇ ਆ ਰਹੇ, ਉਹਨਾਂ ਨੂੰ ਵੀ ਸਾਰਾ ਸਮਝਾਈਦਾ ਬੈਠ ਕੇ ਵੀ ਕਿੱਦਾਂ ਕਿੱਦਾਂ ਕਿਆ ਇਹਦੇ 'ਤੇ ਸ਼ਹਾਦਤ ਹੋਈਆਂ, ਠੀਕ ਹੈ ਜੀ। ਭਾਈ ਸਤੀਦਾਸ ਜੀ ਦਾ ਵੀ ਅਸੀਂ ਤੁਹਾਨੂੰ ਦੱਸਦੇ ਰਹੇ ਹਾਂ ਜੀ, ਭਾਈ ਸਤੀਦਾਸ ਜੀ ਨੇ ਜੀ ਮਤਲਬ ਇਹਨਾਂ ਨੂੰ ਵੀ ਟੋਰਚਰ ਕੀਤਾ ਗਿਆ ਸੀਗਾ ਧਰਮ ਚੇਂਜ ਕਰਨ ਨੂੰ, ਬਟ ਇਹ ਨਹੀਂ, ਤਿੰਨ ਸਿੰਘ ਸ਼ਹੀਦ ਸੀਗੇ, ਸਤੀਦਾਸ ਜੀ, ਮਤੀਦਾਸ ਜੀ ਅਤੇ ਭਾਈ ਦਿਆਲਾ ਜੀ, ਜੀ ਠੀਕ ਹੈ ਜੀ, ਇਹ ਮਤੀਦਾਸ ਜੀ ਨੇ, ਮਤੀਦਾਸ ਜੀ ਨੇ ਇਸ ਤਰ੍ਹਾਂ ਤਰੀਕੇ ਨਾਲ ਸ਼ਹਾਦਤ ਦਿੱਤੀ ਗਈ ਸੀ, ਤਾਂ ਉਸ ਸ਼ਹਾਦਤ ਨੂੰ ਦਰਸਾਉਂਦੀ ਇਹ ਇੱਕ ਸਰ ਕਿਵੇਂ ਮਨ 'ਚ ਆਇਆ ਤੁਹਾਡੇ ਕਿ ਜਿਹੜਾ ਹੈਗਾ ਇਹ ਲਗਾਉਣਾ ਚਾਹੀਦਾ? ਇਹ ਜਿੱਦਾਂ ਕਿ ਹੁਣ ਇੱਥੇ ਬਹੁਤ ਦੁਨੀਆ ਆ ਰਹੀ ਹੈ ਜੀ, ਤਕਰੀਬਨ ਮੈਂ ਦੇਖੇ ਹਾਂ ਪੰਜਾਬ ਦੇ ਲੋਕਾਂ ਨੂੰ ਹੀ ਇਹਨਾਂ ਦਾ ਇਤਿਹਾਸ ਪਤਾ ਹੈ, ਬਾਹਰਲੇ ਲੋਕ 20% ਨੇ ਜਿਹਨਾਂ ਨੂੰ ਪਤਾ ਹੈ, ਬਾਕੀ ਤਾਂ ਤੁਹਾਨੂੰ ਪਤਾ ਹੈ ਫੋਟੋਆਂ ਖਿਚਾ ਕੇ ਚਲੇ ਜਾਂਦੇ ਹਾਂ, ਅਸੀਂ ਨਾਲ ਖੜ ਕੇ ਹੁਣ ਜਾਣਾ ਸਮਝਾਉਂਦੇ ਵੀ ਆ ਚਾਰ ਸਾਹਿਬਜ਼ਾਦੇ ਨੇ, ਠੀਕ ਹੈ ਜੀ, ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ ਦੱਸ ਰਿਹਾ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਉਂਦੇ ਹੀ ਦੀਵਾਰਾਂ 'ਚ ਚਿਣਵਾ ਦਿੱਤੇ ਗਏ ਸੀ, ਤਾਂ ਉਸ ਤੋਂ ਬਾਅਦ ਜਿਹੜਾ ਹੈ ਕਿ ਇੱਕ ਜਿਹੜਾ ਸਿੱਖ ਕੌਮ ਦਾ ਵਡਮੁੱਲਾ ਇਤਿਹਾਸ ਹੈ ਜੀ, ਅਤੇ ਜਿਹੜਾ ਤੁਸੀਂ ਦਰਸਾ ਰਹੇ ਹੋ ਅਤੇ ਬਹੁਤ ਨਵੇਕਲਾ ਪ੍ਰਯਾਸ ਹੈ, ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਹੂ ਬਹੂ ਉਸ ਸਮੇਂ ਜਿਸ ਤਰੀਕੇ ਦੀ ਸ਼ਹਾਦਤ ਦਿੱਤੀ ਗਈ, ਜਿਸ ਤਰੀਕੇ ਦੇ ਨਾਲ ਇੱਕ ਇਨਸਾਨੀਅਤ ਦਾ ਘੋਲ ਕੀਤਾ ਗਿਆ, ਤਾਂ ਉਹ ਜਿਹੜਾ ਹੈ ਉਹ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਜਦੋਂ ਦੀਵਾਰਾਂ ਨਾਲ ਚਿਣਵਾਏ ਗਏ ਸੀ ਤਾਂ ਉਸ ਵੇਲੇ ਕਿਸ ਤਰੀਕੇ ਨਾਲ ਦੀਵਾਰਾਂ ਤਿਆਰ ਕੀਤੀਆਂ ਜਾ ਰਹੀਆਂ, ਤਾਂ ਉਹ ਅਜਾਇਬ ਘਰ ਨੂੰ ਉੱਥੇ ਦਰਸਾਉਣ ਦਾ ਕੰਮ ਕੀਤਾ ਜਾ ਰਿਹਾ, ਤਾਂ ਇੱਥੇ ਬਾਕਾਇਦਾ ਤੌਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਚੜ੍ਹਦੀ ਕਲਾ ਦੀ ਗੱਲ ਆਖੀ ਜਾਂਦੀ, ਸਿੱਖੀ ਦੀ ਚੜ੍ਹਦੀ ਕਲਾ ਦੀ, ਉਹ ਇੱਥੇ ਸਾਰੀ ਦਿਖਾਈ ਜਾ ਰਹੀ ਹੈ, ਤਾਂ ਤੁਹਾਨੂੰ ਅਸੀਂ ਫਿਰ ਦੱਸਣਾ ਚਾਹਾਂਗੇ ਕਿ ਇਹ ਪੰਜਾਬ ਦੀ ਧਰਤੀ ਨਹੀਂ ਹੈ, ਬਲਕਿ ਇਸ ਵਕਤ ਦੇਸ਼ ਦੀ ਰਾਜਧਾਨੀ ਦਿੱਲੀ ਬਾਰਡਰ ਦੇ ਗਾੜੀ ਖਲੋਤੇ ਸਾਡੇ ਉਹ ਸੂਰਵੀਰ ਕਿਸਾਨ ਅਤੇ ਉਹਨਾਂ ਵਾਸਤੇ ਇੱਕ ਨਵੇਕਲੀ ਪਹਿਲ ਜਿਹੜੀ ਹੈ ਇੱਥੇ ਕਰਦੇ ਹੋਏ ਨਜ਼ਰ ਆ ਰਹੇ, ਅਸੀਂ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਅਜਾਇਬ ਘਰ ਜਿਹੜਾ ਹੈ ਇੱਥੇ ਬਾਕਾਇਦਾ ਤੌਰ 'ਤੇ ਸਥਾਪਿਤ ਕੀਤਾ ਗਿਆ ਹੈ, ਅਤੇ ਵਿਸ਼ੇਸ਼ ਤੌਰ 'ਤੇ ਅਗਰ ਗੱਲ ਕਰੀਏ ਤਾਂ ਜਿਹੜਾ ਹੈ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਪਿਆ ਹੈ, ਅਤੇ ਸਾਰੇ ਜਿਹੜੇ ਲੋਕ ਨੇ ਇੱਥੇ ਪੁੱਜੇ ਨੇ ਅਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਰ ਕੀ ਕਹਿਣਾ ਚਾਹੋਗੇ, ਕਿਵੇਂ ਤੁਹਾਡੇ ਮਨ 'ਚ ਆਇਆ ਕਿ ਇਹਦੀ ਲੋੜ ਸੀ ਇੱਥੇ? ਇਹਦੀ ਲੋੜ ਬਹੁਤ ਆ ਜੀ, ਆਪਾਂ ਨੂੰ ਜਿੱਦਾਂ ਪਤਾ ਹੁਣ ਇਹ ਆਪਣਾ ਸ਼ਹਾਦਤਾਂ ਦੀ ਕੌਮ ਆ ਜੀ ਇਹ,
ਸ਼ਹੀਦਾਂ ਦੀ ਕੌਮ ਆ ਜੀ। ਇਹਦੇ ਵਿੱਚ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਗੁਰੂਆਂ ਨੇ ਜੀ, ਅਤੇ ਇਹਦੇ 'ਚ ਮੋਟੀਵੇਸ਼ਨ ਹੁੰਦੀ ਆ, ਬੰਦੇ 'ਚ ਹੋਰ ਦਲੇਰੀ ਆਉਂਦੀ ਆ ਜੀ। ਸਾਡੇ ਜਿਹੜੇ ਇੱਥੇ ਵੀਰ ਆਉਂਦੇ ਆ ਸਾਰੇ ਇਹ ਚੀਜ਼ਾਂ ਦੇਖਦੇ ਆ ਵੀ ਸਾਡੇ ਗੁਰੂਆਂ ਨੇ ਐਡੀਆਂ ਕੁਰਬਾਨੀਆਂ ਦਿੱਤੀਆਂ ਡੋਲੇ ਨਹੀਂ ਆਪਣੀਆਂ ਸ਼ਹਾਦਤਾਂ ਦੇਣ ਤੋਂ, ਅਤੇ ਇਹਦੇ 'ਚ ਵੀਰਾਂ 'ਚ ਉਤਸ਼ਾਹ ਪੈਦਾ ਹੁੰਦਾ। ਬਾਕੀ ਜਿਨ੍ਹਾਂ ਨੂੰ ਨਹੀਂ ਪਤਾ, ਜਿਹੜੇ ਕੁਛ ਬੱਚੇ ਆ ਮਾਂ ਪਿਓ ਕਈ ਨਹੀਂ ਦੱਸਦੇ, ਟੀਵੀ ਕਾਰਟੂਨ ਅੱਜ ਕੱਲ੍ਹ ਚੱਲਦੇ ਰਹਿੰਦੇ, ਉਹ ਦੇਖਦੇ ਰਹਿੰਦੇ ਆ, ਅਤੇ ਉਹ ਬੱਚੇ ਫਿਰ ਦੇਖਦੇ ਆ ਵੀ ਇਹ ਕੌਣ ਸੀ, ਕਿੱਦਾਂ ਸੀ, ਉਹ ਫਿਰ ਸਾਰਾ ਇਤਿਹਾਸ ਉਹਨਾਂ ਨੂੰ ਪਤਾ ਲੱਗਦਾ, ਫਿਰ ਉਹ ਵੀ ਇੰਟਰਸਟ ਰੱਖਦੇ ਆ। ਫਿਰ ਉਹ ਕਹਿਣ ਦਾ ਮਤਲਬ ਵੀ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਜਿਹੜਾ ਜੀ, ਇੱਥੇ ਸਾਨੂੰ ਲੋੜ ਆ। ਸਟੇਜ ਗਾੜੀ ਕਿਉਂ ਨਹੀਂ ਲੈ ਕੇ ਗਏ? ਸਟੇਜ ਗਾੜੀ ਵੀ ਲਾਏ ਸੀਗੇ ਜੀ ਉੱਥੇ, ਅਤੇ ਉਹ ਫਿਰ ਸ਼੍ਰੋਮਣੀ ਕਮੇਟੀ ਵਾਲੇ ਇਹਦੇ 'ਤੇ ਕਿੰਤੂ ਪ੍ਰੰਤੂ ਕਰਦੇ ਵੀ ਆਖਿਰ ਤੁਸੀਂ ਇੱਥੇ ਇਹ ਗੋਲਕ ਲਾਈ ਹੋਈ ਆ, ਪਰ ਇਹ ਗੋਲਕ ਸਿਰਫ ਇਹ ਲਿਖਿਆ ਵੀ ਤੁਸੀਂ ਆਪਦਾ ਬਣਦਾ ਯੋਗਦਾਨ ਇਹ 'ਚ ਪਾ ਸਕਦੇ ਹੋ, ਇਹ ਜ਼ਬਰਦਸਤੀ ਨਹੀਂ ਹੈਗੀ ਵੀ ਕੋਈ ਵੀ ਇਹਦੇ ਵਿੱਚ ਯੋਗਦਾਨ ਪਾਓ ਹੀ ਪਾਓ, ਜਾਂ 500 ਪਾਓ, 1000 ਪਾਓ, ਜਾਂ 10 ਪਾਓ, ਜਾਂ 20 ਪਾਓ, ਕੋਈ ਇਹਦੇ 'ਚ ਕਿਸੇ ਨੂੰ ਕੋਈ ਜ਼ਬਰਦਸਤੀ ਨਹੀਂ ਹੈ, ਜ਼ੋਰ ਜ਼ਬਰਦਸਤੀ। ਕਿਸੇ ਦਾ ਮਾਣ ਹੈ ਪਾ ਸਕਦਾ, ਕਿਸੇ ਦਾ ਨਹੀਂ ਹੈ ਨਹੀਂ ਪਾ ਸਕਦਾ। ਬਾਕੀ ਦੇਖੋ ਜੀ ਇਹਨਾਂ 'ਤੇ ਲੱਖਾਂ ਰੁਪਈਆ ਖਰਚਾ ਆਉਂਦਾ ਵਾ, ਜਿਹੜੇ ਇਹ ਸਟੈਚੂ ਬਣਾਏ ਹੋਏ ਆ ਇਹਨਾਂ 'ਤੇ ਲੱਖਾਂ ਰੁਪਈਆ ਦਾ ਖਰਚਾ ਆਉਂਦਾ, ਮੈਂਟੀਨੈਂਸ ਵੀ ਇਹਨਾਂ ਦੀ ਹੁੰਦੀ ਆ ਜੀ, ਸਾਰਾ ਕੁਛ ਰੱਖ ਰਖਾਓ ਦਾ ਸਾਰਾ ਪ੍ਰਬੰਧ ਆ, ਅਤੇ ਇਹ ਆਪਣੇ ਕੋਲੋਂ ਕਰਦੇ ਆ। ਜਿਹੜਾ ਹੁਣ ਮੰਨ ਲਓ ਕੋਈ ਮਾੜਾ ਮੋਟਾ ਇਹਦੇ ਵਿੱਚ ਆ ਜਾਂਦੀ ਆ, ਡੋਨੇਸ਼ਨ ਆ ਜਾਂਦੀ ਆ, ਅਤੇ ਉਹ ਇਹਨਾਂ ਦੇ ਰੱਖ ਰਖਾਵ ਦੇ ਲਈ ਯੂਜ਼ ਹੋ ਜਾਂਦੀ ਆ, ਅਤੇ ਉਹਨਾਂ ਨੂੰ ਇਹ ਤਕਲੀਫ ਹੋਈ ਆ ਵੀ ਤੁਸੀਂ ਇਹ ਕਿਉਂ ਰੱਖੀ ਆ। ਤੁਸੀਂ ਦੇਖ ਲਓ ਜੀ ਸ਼੍ਰੋਮਣੀ ਕਮੇਟੀ ਨੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਹੀ ਕਰਦੇ, ਪ੍ਰਚਾਰ ਹੀ ਕਰ ਰਿਹਾ ਜੀ। ਬਹੁਤ ਵਧੀਆ ਉਪਰਾਲਾ, ਦੇਖੋ ਇਹ ਕੋਈ ਗਲਤ ਚੀਜ਼ ਤਾਂ ਹੈ ਨਹੀਂ ਗੀ, ਇਹਦੇ ਨਾਲ ਕੋਈ ਸਾਡੇ ਇਤਿਹਾਸ ਬਾਰੇ ਜਿੰਨਾ ਜਾਣੂ ਕਰਾਇਆ ਜਾ ਜਾਂਦੇ ਹਾਂ ਆਪਾਂ ਵੀ ਆਪਣਾ ਸਿੱਖ ਇਤਿਹਾਸ ਦੀਆਂ ਐਡੀਆਂ ਵਧੀਆ ਅਣਮੁੱਲੀ ਜਿਹੜੀ ਕੌਮ ਆ ਸਾਡੀ ਸ਼ਹਾਦਤਾਂ ਦਿੱਤੀਆਂ। ਅਤੇ ਉਹ ਗੁਰਦੁਆਰਾ ਸਾਹਿਬ 'ਚ ਮੱਥਾ ਵੀ ਟੇਕਣ ਜਦੋਂ ਜਾਂਦੇ ਆ, ਅਤੇ ਇਹਨਾਂ ਗੁਰਦੁਆਰਾ ਸਾਹਿਬਾਂ 'ਚ ਜਾਂਦੇ ਆ, ਬਾਬਾ ਦੀਪ ਸਿੰਘ ਦਾ ਦੁਆਰ ਹੈ ਅਤੇ ਅਨੋਖੀ ਅਮਰ ਸਿੰਘ ਬਾਬਾ ਟਾਹਲਾ ਸਾਹਿਬ ਹੈ, ਅਤੇ ਅਸੀਂ ਉੱਥੇ ਮੱਥਾ ਟੇਕਣ ਜਾਂਦੇ ਹਾਂ ਮੱਥਾ ਟੇਕ। ਦੇਖੋ ਜੀ ਇੱਕ ਤੁਹਾਨੂੰ ਆਪਾਂ ਗੱਲ ਦੱਸ ਗਏ, ਜਿੱਦਾਂ ਹੁਣ ਆਪਾਂ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ ਜੀ, ਇੱਥੇ ਵੀ ਗੋਲਕਾ, ਉੱਥੇ ਵੀ ਗੋਲਕਾ, ਉੱਥੇ ਵੀ ਗੋਲਕਾ, ਕੀ ਗੱਲ? ਬਾਬਾ ਨਾਨਕ ਇਹ ਥੋੜ੍ਹੀ ਕਹਿੰਦੇ ਵੀ ਅਸੀਂ ਲੋਕਾਂ ਦੀ ਜੇਬਾਂ 'ਚੋਂ ਪੈਸੇ ਕੱਢਣੇ ਆ ਜੀ, ਠੀਕ ਆ ਜੀ, ਉਹ ਤਾਂ ਗਰੀਬ ਦਾ ਮੂੰਹ ਅਤੇ ਗੁਰੂ ਦੀ ਗੋਲਕ ਸੀਗੀ, ਪਰ ਇਹਨਾਂ ਨੇ ਹੁਣ ਆਪਣੇ ਧੰਦੇ ਬਣਾ ਲਿਆ ਜੀ। ਦੇਖੋ ਐਡਾ ਵਧੀਆ ਸਟੇਜ ਦੇ ਕੋਲ ਲਾਇਆ ਸੀਗਾ ਰਾਤ, ਅਤੇ ਇਹਨਾਂ ਦੇ ਨਿਹੰਗਾ ਇਹ ਜ਼ਬਰਦਸਤੀ ਟਰੈਕਟਰ ਚੱਕਣ ਪੈ ਗਏ ਆ, ਠੀਕ ਆ, ਉਹ ਰਾਤ ਰੋਕਿਆ, ਫਿਰ ਇਹ ਵਿਚਾਰੇ ਇੱਥੇ ਲੈ ਕੇ ਆਏ ਆ। ਫਿਰ ਇੱਕ ਚੰਗਾ ਪ੍ਰਯਾਸ ਹੈ ਕਿ ਤੁਸੀਂ ਫਿਰ ਵੀ ਚਾਹੇ ਸਟੇਜ ਦੇ ਪਿੱਛੇ ਕੀਤਾ ਬਟ ਕੀਤਾ। ਭਾਅ ਜੀ 20 ਸਾਲ ਹੋ ਗਏ ਸਿੰਗਲ ਬੰਦੇ ਨੂੰ, ਮਿਸਟਰ ਪਰਮੇਸ਼ਰ ਧੰਨਵਾਦ ਕਰਦੇ ਉਹਨਾਂ ਦਾ ਵੀ, ਉਹਨਾਂ ਨੇ ਪਰਮਿਸ਼ਨ ਦਿੱਤੀ ਇੱਥੇ, ਜਿਨ੍ਹਾਂ ਨੇ ਇਹ ਡਿਜ਼ਾਈਨ ਕੀਤੇ ਆ, ਅਸੀਂ ਸਾਰੀ ਟੀਮ ਇੱਕ ਮਿਲ ਕੇ ਕੰਮ ਕਰਦੀ ਹੈ, ਠੀਕ ਹੈ ਜੀ। ਅਤੇ 20 ਸਾਲਾਂ ਵਿੱਚ ਉਹਨਾਂ ਨੇ ਅੱਜ ਤੱਕ ਗੁੱਲਕ ਨਹੀਂ ਰੱਖਿਆ, ਡੋਨੇਸ਼ਨ ਮੰਗੀ ਨਹੀਂ ਹੈਗੀ, ਬਟ ਹੁਣ ਆ ਕੇ ਸ਼ੈੱਡ ਰੀਜ਼ਨ ਲਿਖਿਆ ਤੁਸੀਂ ਬਿਲਡਿੰਗ ਬਣਾਉਣਾ ਚਾਹੁੰਦੇ ਆ, ਉਹ ਟੀਨਾਂ ਦਾ ਸ਼ੈੱਡ ਪਿਆ ਹੋਇਆ ਜਿੱਥੇ ਹੋਰ ਵੀ ਮਾਡਲਸ ਕਾਫੀ ਪਏ ਨੇ, ਮਹਾਰਾਜਾ ਰਣਜੀਤ ਸਿੰਘ ਵਰਗੇ ਨਾ, ਹੋਰ ਵੀ ਬਹੁਤ ਸਾਰਾ ਕੁਝ ਪਿਆ, ਅਤੇ ਅਸੀਂ ਚਾਹੁੰਦੇ ਕਿ ਪੱਕੀ ਬਿਲਡਿੰਗ ਬਣੇ, ਉਹਦੇ ਲਈ ਅਸੀਂ ਡੋਨੇਸ਼ਨ ਮੰਗ ਰਹੇ ਸੀਗੇ ਸ਼੍ਰੋਮਣੀ ਕਮੇਟੀ ਨੂੰ। ਉਤਰਾ ਨਹੀਂ, ਹੋਰ ਵੀ ਕਾਫੀ ਉੱਥੇ, ਹੋਰ ਵੀ ਜਿੱਥੇ ਉਹ ਨਿਹੰਗ ਸਿੰਘ ਬੈਠੇ ਸੀਗੇ ਉੱਥੇ। ਤਾਂ ਚਲੋ ਇੱਕ ਚੰਗਾ ਉਪਰਾਲਾ ਹੈ, ਫਿਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸ਼ਹਾਦਤ ਨੂੰ ਪ੍ਰਣਾਮ, ਕੋਟਨ ਕੋਟ ਜਿਹੜੀ ਬਹੁਤ ਵੱਡੀ ਸ਼ਹਾਦਤ ਸੀ, ਅਸੀਂ ਕਹਾਂਗੇ ਅਸੀਂ ਸ਼ਹਾਦਤ ਕਿਤੇ ਦੇਖੀ ਨਹੀਂ ਜਾਂਦੀ, ਕਿਉਂਕਿ ਜੇ ਦੇਸ਼ ਭਰ ਦੇ ਵਿੱਚ ਗੱਲ ਕਰੀਏ ਤਾਂ ਸਰਕਾਰਾਂ ਬੜੇ ਲੰਬੇ ਸਮੇਂ ਬਾਅਦ ਜਾਗੀਆਂ, ਅਤੇ ਚਿਲਡਰਨ ਡੇ ਜਿਹੜਾ ਨਾ ਜਿਹੜੇ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਦੇ ਉੱਤੇ ਉਹਨਾਂ ਮਨਾਇਆ ਗਿਆ। ਅਸੀਂ ਕੁਛ ਨੌਜਵਾਨ ਆਗੂਆਂ ਨਾਲ ਵੀ ਗੱਲ ਕਰਾਂਗੇ, ਵੀਰੇ ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ, ਕਿਉਂਕਿ ਅਕਸਰ ਗੁਰਦੁਆਰਾ ਸਾਹਿਬਾਂ 'ਚ ਅਸੀਂ ਜਾਂਦੇ ਹਾਂ, ਪਰ ਇਸ ਜਗ੍ਹਾ 'ਤੇ ਆ ਕੇ ਕਿੱਦਾਂ ਲੱਗ ਰਿਹਾ? ਭਾਅ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਇਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ, ਕਈਆਂ ਨੂੰ ਇਹਨਾਂ ਦਾ ਇਤਿਹਾਸ ਨਹੀਂ ਜਾਣੂ, ਅਤੇ ਇਹ ਦੇਖ ਕੇ ਫਿਰ ਉਹ ਪੁੱਛਦੇ ਆ ਨਾ, ਅਤੇ ਬਾਈ ਹੁਣੀ ਆਏ ਅਤੇ ਬਹੁਤ ਵਧੀਆ ਲੱਗਾ ਆਪਣਾ ਨਾਲ ਲੰਗਰ ਸੀਗਾ ਨਾ, ਅਤੇ ਇੱਥੋਂ ਗੱਡੀਆਂ ਜਾ ਰਹੀਆਂ ਸੀਗੀਆਂ ਉਹ ਦੇਖ ਕੇ ਰੁਕ ਰਹੀਆਂ ਸੀਗੀਆਂ ਵੀ ਅਸੀਂ ਵੀ ਇੱਦਾਂ ਹੀ ਜਾ ਰਹੇ ਸੀ ਅਤੇ ਦੇਖ ਕੇ ਰੁਕੇ, ਅਤੇ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੀ ਚੀਜ਼ਾਂ ਜ਼ਰੂਰ ਟੀ ਵੀ 'ਚ ਦਿਖਾਈ ਜਾਣੀਆਂ ਚਾਹੀਦੀਆਂ ਨੇ, ਕਿਉਂਕਿ ਜਿਹੜੀ ਇਹ ਕੌਮ ਦੀ ਸ਼ਹਾਦਤ ਬਹੁਤ ਵੱਡੀ ਹੈ, ਕਿਉਂਕਿ ਇੱਕ ਆਪਣੇ ਵਾਸਤੇ ਸ਼ਹਾਦਤ ਨਹੀਂ, ਇੱਕ ਕੌਮ ਵਾਸਤੇ ਸ਼ਹਾਦਤ ਨਹੀਂ, ਤਾਂ ਕਿਉਂਕਿ ਇਹ ਸਾਰੀ ਸ਼ਹਾਦਤ ਕੌਮ ਦੀ ਹੈ, ਅਤੇ ਮਾਣ ਬਹੁਤ ਮਹਿਸੂਸ ਹੁੰਦਾ ਕਿ ਬਾਈ ਉਹਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ। ਅਤੇ ਵੀਰ ਜੀ ਕੀ ਕਹੋਗੇ ਤੁਸੀਂ, ਇੱਦਾਂ ਵੇਖ ਕੇ ਕਿੱਦਾਂ ਲੱਗ ਰਿਹਾ ਤੁਹਾਨੂੰ? ਗੁਰੂ ਮਹਾਰਾਜ ਦੀ ਕਿਰਪਾ ਹੋਣ ਕਰਕੇ ਇਸ ਬੰਦਿਆ ਜਜ਼ਬਾ ਜਿਸ ਬੰਦੇ ਨੇ ਐਡੀ ਵੱਡੀ ਦੇਣ ਆ, ਸਾਨੂੰ ਇਸ ਬੰਦਿਆ ਸਹਿਯੋਗ ਕਰਨਾ ਬਣਦਾ ਨਾ ਕਿ ਇਹਦੀ ਵਿਰੋਧ ਆ। ਵੀਰ ਸਾਡਾ ਕੱਲ ਜਿਹੜੀ ਆਪਣੀ ਮੇਨ ਸਟੇਜ ਆ ਸੰਘੂ ਬਾਰਡਰ ਦੇ ਉੱਪਰ, ਉੱਥੇ ਜਾ ਕੇ ਇਹਨਾਂ ਨੇ ਲਾਏ ਸੀ, ਪਰ ਪਤਾ ਨਹੀਂ ਕਿਸੇ ਨੂੰ ਕੀ ਤਕਲੀਫ ਸੀ ਵੀ ਇਹਨਾਂ ਨੂੰ ਪਰੇ ਕਰ ਦਿੱਤਾ ਗਿਆ, ਪਰ ਸਾਡੀ ਨਵੀਂ ਜਨਰੇਸ਼ਨ ਨੂੰ ਜਜ਼ਬਾ ਵਧਾਉਣ ਦੇ ਲਈ ਇੱਕ ਬਹੁਤ ਵੱਡਾ ਇਹਨਾਂ ਉਪਰਾਲਾ ਤੇ ਯੋਗਦਾਨ, ਕਿਸਾਨੀ ਸੰਘਰਸ਼ ਵੀ ਕਾਫੀ ਯੋਗਦਾਨ ਮਿਲੂਗਾ, ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਇਹ ਵਾਪਸ ਆਉਂਦੇ ਦੇਖੇ ਤਾਂ ਅਸੀਂ ਇਹਨਾਂ ਨੂੰ ਇੱਥੇ ਜਗ੍ਹਾ ਦਿੱਤੀ ਤੇ ਇਹਨੇ ਸਪੋਰਟ ਕੀਤੀ, ਇਸ ਤਰ੍ਹਾਂ ਦੇ ਵੀਰਾਂ ਦੇ ਸਹਿਯੋਗ ਦੀ ਲੋੜ ਹੈ ਅੱਜ ਦੀ ਡੇਟ ਦੇ ਵਿੱਚ, ਜਿਹੜੇ ਕਿ ਆਪਣੀ ਜਗ੍ਹਾ ਖੁਦ ਦੇ ਰਹੇ ਨੇ, ਤਾਂ ਚੰਗਾ ਉਪਰਾਲਾ ਜੀ। ਵੀਰ ਜੀ ਧੰਨਵਾਦ, ਤੁਸੀਂ ਜਿਹੜੇ ਇੱਕ ਬਹੁਤ ਨਵੇਂ
तुहानू दिखाई है एक अजायब घर जरा एक सिखी का अजायब घर है जिदे विच जिहड़ी शहादत ने सिख कौम दियां लंबे समय तो शहादत नू प्रणाम है लसानी शहादत वालों जानिया जांदियां ने तो उस लसानी शहादत का एक अजायब घर जरा है इत्थे स्थापित किया गया। फिलहाल कुछ इतराज़ होया सी कि इस नू स्टेज के कोल नहीं लाना चाहिए लेकिन फिर भी सिंघां वालों प्रयास करके इनू स्टेज तो काफ़ी पिछे लाया गया है लेकिन लोग आ के देख रहे हैं तो इस लसानी शहादत समझ रहे हैं तो नाल ही सुनेहा दिता जा रहा है कि जेकर पंजाबियों की इन्नी शहादत है साडे गुरु साहबान की इन्नी शहादत है तो उसनू अगे होर लैके जाने वास्ते जिहड़े अज एक जज्बा जिहड़े साडे अज दे किसान आ उन्हां च भरिया जा रहा है तां कि आपां लड़ाई लड़ीए तां फतेह हासिल करके ही अपने घरां नू वापस पुजिए। कैमरामैन अक्षय दलाल सुमित खन्ना जगबाणी टीवी सिंघू बॉर्डर।